ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਸਰਦਾਰ ਪੰਨੂ ਕਤਲ ਸਾਜਿਸ਼ ਵਿੱਚ ਇੰਡੀਆ ਨੂੰ ਭੇਜਿਆ ਗਿਆ ਸੰਮਨ ਦੁਨੀਆ ਸਾਹਮਣੇ ਜਾਬਰ ਇੰਡੀਆ ਦੇ ਚਿਹਰੇ ਨੂੰ ਨੰਗਾ ਕਰੇਗਾ। ਉਹਨਾਂ ਕਿਹਾ ਕਿ ਅਸੀਂ ਲੰਮੇ ਸਮੇਂ ਤੋਂ ਆਪਣੇ ਪਾਰਟੀ ਪੋਲਿਸੀ ਬਿਆਨਾਂ ਰਾਹੀਂ ਇਹ ਕਹਿੰਦੇ ਆ ਰਹੇ ਹਾਂ ਕਿ ਇੰਡੀਆ ਦੇ ਵਜ਼ੀਰ ਆਜ਼ਮ ਮੋਦੀ, ਗ੍ਰਹਿ ਵਜ਼ੀਰ ਅਮਿਤ ਸ਼ਾਹ, ਵਿਦੇਸ਼ ਵਜ਼ੀਰ ਜੈਸ਼ੰਕਰ, ਰੱਖਿਆ ਵਜ਼ੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਹ ਮੁਖੀ ਰਵੀ ਸਿਨਹਾ ਅਤੇ ਸਾਬਕਾ ਰਾਹ ਮੁਖੀ ਸ਼ਮੰਤ ਗੋਇਲ ਵੱਲੋਂ ਬਾਹਰਲੇ ਮੁਲਕਾਂ ਵਿੱਚ ਅਤੇ ਇੰਡੀਆ ਵਿੱਚ ਆਜ਼ਾਦੀ ਚਾਹੁਣ ਵਾਲੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਉਪਰੋਕਤ ਕਾਤਲ ਜੁੰਡਲੀ ਵੱਲੋਂ ਸਿੱਖਾਂ ਦੇ ਕਤਲ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਭਾਈ ਹਰਦੀਪ ਸਿੰਘ ਨਿੱਜਰ, ਰਿਪੂ ਦਮਨ ਸਿੰਘ ਮਲਿਕ ਅਤੇ ਸਖਦੂਲ ਸਿੰਘ ਕੈਨੇਡਾ, ਬਰਤਾਨੀਆ ਵਿੱਚ ਭਾਈ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜਵੜ ਅਤੇ ਲਖਵੀਰ ਸਿੰਘ ਰੋਡੇ, ਹਰਿਆਣਾ ਵਿੱਚ ਦੀਪ ਸਿੰਘ ਸਿੱਧੂ, ਪੰਜਾਬ ਵਿੱਚ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਗਏ ਹਨ। ਇੱਥੋਂ ਤੱਕ ਕਿ ਅਮੈਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉੱਤੇ ਨਿਊਯਾਰਕ ਵਿੱਚ ਹਮਲਾ ਕਰਨ ਦੀ ਸਾਜਿਸ਼ ਰਚੀ ਗਈ। ਉਸ ਸੰਬੰਧ ਵਿੱਚ ਅਮਰੀਕਾ ਨੇ ਸਰਦਾਰ ਪੰਨੂ ਨੂੰ ਕਤਲ ਕਰਨ ਦੀ ਬਣਾਈ ਗਈ ਸਾਜਿਸ਼ ਅਧੀਨ ਇੰਡੀਆ ਨੂੰ ਸੰਮਨ ਭੇਜੇ ਹਨ। ਇਹ ਇੱਕ ਕੌਮਾਂਤਰੀ ਕਾਨੂੰਨ ਅਧੀਨ ਇਨਸਾਫ਼ ਦੀ ਦਿਸ਼ਾ ਵੱਲ ਸਹੀ ਅਮਲ ਹੋਇਆ ਹੈ ਅਤੇ ਜਿਨ੍ਹਾਂ ਨੇ ਪੰਨੂ ਨੂੰ ਮਾਰਨ ਦੀ ਸਾਜਿਸ਼ ਰਚੀ ਸੀ ਉਹ ਇੰਡੀਆ ਦੇ ਹੁਕਮਰਾਨ ਅਤੇ ਕਾਤਲ ਅਫਸਰਸ਼ਾਹੀ ਨੂੰ ਹੁਣ ਕੌਮਾਂਤਰੀ ਅਦਾਲਤ ਵਿੱਚ ਸਜ਼ਾ ਮਿਲਣ ਦੇ ਜਿੱਥੇ ਮੌਕੇ ਪੈਦਾ ਹੋ ਗਏ ਹਨ ਉੱਥੇ ਸਿੱਖਾਂ ਦੇ ਕਾਤਲ ਸਿਆਸਤਦਾਨ ਅਤੇ ਅਫਸਰਸ਼ਾਹੀ ਦੇ ਦੋਸ਼ੀ ਚਿਹਰਿਆਂ ਨੂੰ ਦੁਨੀਆ ਸਾਹਮਣੇ ਆਉਣ ਤੋਂ ਕੋਈ ਨਹੀਂ ਰੋਕ ਸਕੇਗਾ। ਉਹਨਾਂ ਕਿਹਾ ਕਿ ਇਹਨਾਂ ਨੇ ਕੇਵਲ ਸਿੱਖਾਂ ਦੇ ਕਤਲ ਕਰਕੇ ਮਨੁੱਖੀ ਅਤੇ ਇਨਸਾਨੀ ਜ਼ਿੰਦਗੀਆਂ ਨਾਲ ਖਿਲਵਾੜ ਹੀ ਨਹੀਂ ਕੀਤਾ, ਬਲਕਿ ਜਿਨ੍ਹਾਂ ਮੁਲਕਾਂ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਦੀ ਪ੍ਰਭੂਸ਼ਤਾ ਦਾ ਵੀ ਘਾਣ ਕੀਤਾ। ਇੱਥੋਂ ਤੱਕ ਕਿ ਅਮਰੀਕਾ ਦੀ ਮੋਨਰੋ ਡਾਕਟ੍ਰੀਨ ਕੌਮਾਂਤਰੀ ਨੀਤੀ ਦਾ ਵੀ ਮਜ਼ਾਕ ਉਡਾਇਆ ਹੈ। ਹੁਣ ਇਹਨਾਂ ਸੰਮਨਾਂ ਰਾਹੀਂ ਅਮਰੀਕਾ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਕੌਮਾਂਤਰੀ ਅਦਾਲਤ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਐਟ ਦਾ ਹੇਗ ਵਿੱਚ ਖੜ੍ਹਾ ਕਰਕੇ ਮਨੁੱਖੀ ਅਤੇ ਕਾਨੂੰਨੀ ਬਿਨਾਹ 'ਤੇ ਕੀਤੇ ਗਏ ਅਪਰਾਧ ਲਈ ਸਜ਼ਾਵਾਂ ਦਵਾਈਆਂ ਜਾਣ। ਉਹਨਾਂ ਕਿਹਾ ਕਿ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਅਤੇ US ਸਟੇਟ ਡਿਪਾਰਟਮੈਂਟ ਨੂੰ ਚਾਹੀਦਾ ਹੈ ਕਿ ਇੰਡੀਆ ਨੂੰ ਪਹਿਲਾਂ ਹੀ ਰੈੱਡ ਲਿਸਟ ਵਿੱਚ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਕਿਉਂਕਿ ਇਸ ਸਮੇਂ ਅਮਰੀਕਾ ਵਿੱਚ ਕੁਆਡ ਮੁਲਕਾਂ ਦੀ ਅਤਿ ਗੰਭੀਰ ਮੀਟਿੰਗ ਹੋ ਰਹੀ ਹੈ ਜਿੱਥੇ ਆਉਣ ਵਾਲੇ ਸਮੇਂ ਵਿੱਚ ਇੰਡੀਆ ਦੇ ਵਜ਼ੀਰ ਆਜ਼ਮ ਵੀ ਅਮਰੀਕਾ ਦੌਰੇ 'ਤੇ ਜਾ ਰਹੇ ਹਨ, ਕਿਉਂਕਿ ਸਿੱਖ ਕਤਲੇਆਮ ਦਾ ਮੁੱਦਾ ਜਿੱਥੇ ਅਤਿ ਗੰਭੀਰ ਹੈ ਉੱਥੇ ਕੁਆਡ ਮੁਲਕਾਂ ਅਤੇ 5 ਮੁਲਕਾਂ ਦੀ ਪ੍ਰਭੂਸ਼ਤਾ ਨੂੰ ਇੰਡੀਆ ਵੱਲੋਂ ਕੁਚਲਣ ਦਾ ਵੀ ਵੱਡਾ ਮੁੱਦਾ ਹੈ। ਉਹਨਾਂ ਕਿਹਾ ਕਿ ਮੋਦੀ ਵੱਲੋਂ ਅਮਰੀਕਾ ਪਹੁੰਚਣ 'ਤੇ ਕੌਮਾਂਤਰੀ ਕਾਨੂੰਨਾਂ ਅਧੀਨ ਕੋਈ ਕਾਨੂੰਨੀ ਅਮਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਸਰਦਾਰ ਪੰਨੂ ਕਤਲ ਸਾਜਿਸ਼ ਵਿੱਚ ਇੰਡੀਆ ਨੂੰ ਭੇਜਿਆ ਗਿਆ ਸੰਮਨ ਦੁਨੀਆ ਸਾਹਮਣੇ ਜਾਬਰ ਇੰਡੀਆ ਦੇ ਚਿਹਰੇ ਨੂੰ ਨੰਗਾ ਕਰੇਗਾ। ਉਹਨਾਂ ਕਿਹਾ ਕਿ ਅਸੀਂ ਲੰਮੇ ਸਮੇਂ ਤੋਂ ਆਪਣੇ ਪਾਰਟੀ ਪੋਲਿਸੀ ਬਿਆਨਾਂ ਰਾਹੀਂ ਇਹ ਕਹਿੰਦੇ ਆ ਰਹੇ ਹਾਂ ਕਿ ਇੰਡੀਆ ਦੇ ਵਜ਼ੀਰ ਆਜ਼ਮ ਮੋਦੀ, ਗ੍ਰਹਿ ਵਜ਼ੀਰ ਅਮਿਤ ਸ਼ਾਹ, ਵਿਦੇਸ਼ ਵਜ਼ੀਰ ਜੈਸ਼ੰਕਰ, ਰੱਖਿਆ ਵਜ਼ੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਹ ਮੁਖੀ ਰਵੀ ਸਿਨਹਾ ਅਤੇ ਸਾਬਕਾ ਰਾਹ ਮੁਖੀ ਸ਼ਮੰਤ ਗੋਇਲ ਵੱਲੋਂ ਬਾਹਰਲੇ ਮੁਲਕਾਂ ਵਿੱਚ ਅਤੇ ਇੰਡੀਆ ਵਿੱਚ ਆਜ਼ਾਦੀ ਚਾਹੁਣ ਵਾਲੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਉਪਰੋਕਤ ਕਾਤਲ ਜੁੰਡਲੀ ਵੱਲੋਂ ਸਿੱਖਾਂ ਦੇ ਕਤਲ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਭਾਈ ਹਰਦੀਪ ਸਿੰਘ ਨਿੱਜਰ, ਰਿਪੂ ਦਮਨ ਸਿੰਘ ਮਲਿਕ ਅਤੇ ਸਖਦੂਲ ਸਿੰਘ ਕੈਨੇਡਾ, ਬਰਤਾਨੀਆ ਵਿੱਚ ਭਾਈ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜਵੜ ਅਤੇ ਲਖਵੀਰ ਸਿੰਘ ਰੋਡੇ, ਹਰਿਆਣਾ ਵਿੱਚ ਦੀਪ ਸਿੰਘ ਸਿੱਧੂ, ਪੰਜਾਬ ਵਿੱਚ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਗਏ ਹਨ। ਇੱਥੋਂ ਤੱਕ ਕਿ ਅਮੈਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉੱਤੇ ਨਿਊਯਾਰਕ ਵਿੱਚ ਹਮਲਾ ਕਰਨ ਦੀ ਸਾਜਿਸ਼ ਰਚੀ ਗਈ।
ਉਸ ਬੰਦ ਵਿੱਚ ਅਮਰੀਕਾ ਨੇ ਸਰਦਾਰ ਪੰਨੂ ਨੂੰ ਕਤਲ ਕਰਨ ਦੀ ਬਣਾਈ ਗਈ ਸਾਜਿਸ਼ ਅਧੀਨ ਇੰਡੀਆ ਨੂੰ ਸੰਮਨ ਭੇਜੇ ਹਨ। ਇਹ ਇੱਕ ਕੌਮਾਂਤਰੀ ਕਾਨੂੰਨ ਅਧੀਨ ਇਨਸਾਫ਼ ਦੀ ਦਿਸ਼ਾ ਵੱਲ ਸਹੀ ਅਮਲ ਹੋਇਆ ਹੈ ਅਤੇ ਜਿਨ੍ਹਾਂ ਨੇ ਪੰਨੂ ਨੂੰ ਮਾਰਨ ਦੀ ਸਾਜਿਸ਼ ਰਚੀ ਸੀ ਉਹ ਇੰਡੀਆ ਦੇ ਹੁਕਮਰਾਨ ਅਤੇ ਕਾਤਲ ਅਫਸਰਸ਼ਾਹੀ ਨੂੰ ਹੁਣ ਕੌਮਾਂਤਰੀ ਅਦਾਲਤ ਵਿੱਚ ਸਜ਼ਾ ਮਿਲਣ ਦੇ ਜਿੱਥੇ ਮੌਕੇ ਪੈਦਾ ਹੋ ਗਏ ਹਨ। ਉੱਥੇ ਸਿੱਖਾਂ ਦੇ ਕਾਤਲ ਸਿਆਸਤਦਾਨ ਅਤੇ ਅਫਸਰਸ਼ਾਹੀ ਦੇ ਦੋਸ਼ੀ ਚਿਹਰਿਆਂ ਨੂੰ ਦੁਨੀਆ ਸਾਹਮਣੇ ਆਉਣ ਤੋਂ ਕੋਈ ਨਹੀਂ ਰੋਕ ਸਕੇਗਾ। ਉਹਨਾਂ ਕਿਹਾ ਕਿ ਇਹਨਾਂ ਨੇ ਕੇਵਲ ਸਿੱਖਾਂ ਦੇ ਕਤਲ ਕਰਕੇ ਮਨੁੱਖੀ ਅਤੇ ਇਨਸਾਨੀ ਜ਼ਿੰਦਗੀਆਂ ਨਾਲ ਖਿਲਵਾੜ ਹੀ ਨਹੀਂ ਕੀਤਾ, ਬਲਕਿ ਜਿਨ੍ਹਾਂ ਮੁਲਕਾਂ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਦੀ ਪ੍ਰਭੂਸ਼ਤਾ ਦਾ ਵੀ ਘਾਣ ਕੀਤਾ। ਇੱਥੋਂ ਤੱਕ ਕਿ ਅਮਰੀਕਾ ਦੀ ਮੋਨਰੋ ਡਾਕਟ੍ਰੀਨ ਕੌਮਾਂਤਰੀ ਨੀਤੀ ਦਾ ਵੀ ਮਜ਼ਾਕ ਉਡਾਇਆ ਹੈ। ਹੁਣ ਇਹਨਾਂ ਸੰਮਨਾਂ ਰਾਹੀਂ ਅਮਰੀਕਾ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਕੌਮਾਂਤਰੀ ਅਦਾਲਤ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਐਟ ਦਾ ਹੇਗ ਵਿੱਚ ਖੜ੍ਹਾ ਕਰਕੇ ਮਨੁੱਖੀ ਅਤੇ ਕਾਨੂੰਨੀ ਬਿਨਾਹ 'ਤੇ ਕੀਤੇ ਗਏ ਅਪਰਾਧ ਲਈ ਸਜ਼ਾਵਾਂ ਦਵਾਈਆਂ ਜਾਣ। ਉਹਨਾਂ ਕਿਹਾ ਕਿ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਅਤੇ US ਸਟੇਟ ਡਿਪਾਰਟਮੈਂਟ ਨੂੰ ਚਾਹੀਦਾ ਹੈ ਕਿ ਇੰਡੀਆ ਨੂੰ ਪਹਿਲਾਂ ਹੀ ਰੈੱਡ ਲਿਸਟ ਵਿੱਚ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਕਿਉਂਕਿ ਇਸ ਸਮੇਂ ਅਮਰੀਕਾ ਵਿੱਚ ਕੁਆਡ ਮੁਲਕਾਂ ਦੀ ਅਤ ਗੰਭੀਰ ਮੀਟਿੰਗ ਹੋ ਰਹੀ ਹੈ ਜਿੱਥੇ ਆਉਣ ਵਾਲੇ ਸਮੇਂ ਵਿੱਚ ਇੰਡੀਆ ਦੇ ਵਜ਼ੀਰ ਆਜ਼ਮ ਵੀ ਅਮਰੀਕਾ ਦੌਰੇ 'ਤੇ ਜਾ ਰਹੇ ਹਨ, ਕਿਉਂਕਿ ਸਿੱਖ ਕਤਲੇਆਮ ਦਾ ਮੁੱਦਾ ਜਿੱਥੇ ਅਤ ਗੰਭੀਰ ਹੈ ਉੱਥੇ ਕੁਆਡ ਮੁਲਕਾਂ ਅਤੇ 5 ਮੁਲਕਾਂ ਦੀ ਪ੍ਰਭੂਸ਼ਤਾ ਨੂੰ ਇੰਡੀਆ ਵੱਲੋਂ ਕੁਚਲਣ ਦਾ ਵੀ ਵੱਡਾ ਮੁੱਦਾ ਹੈ। ਉਹਨਾਂ ਕਿਹਾ ਕਿ ਮੋਦੀ ਵੱਲੋਂ ਅਮਰੀਕਾ ਪਹੁੰਚਣ 'ਤੇ ਕੌਮਾਂਤਰੀ ਕਾਨੂੰਨਾਂ ਅਧੀਨ ਕੋਈ ਕਾਨੂੰਨੀ ਅਮਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।